ਸਰ ਜੀ, ਸਾਡੇ ਘਰ ਦੇ ਹਾਲਾਤ ਵੀ ਛੱਪੜ ਦੇ ਵਿੱਚ ਵਾ ਸਾਡਾ ਮਕਾਨ ਜੀ, ਤੇ ਵੀ ਬਹੁਤ ਘਰ ਦੇ ਪਾਣੀ ਦਾ ਬਹੁਤ ਜ਼ਿਆਦਾ ਹੁੰਦਾ ਵਿਕਾਸ, ਜਦੋਂ ਵੀ ਮੀਂਹ ਪੈਂਦੇ ਡਿੱਗਣ ਵਾਲੇ ਆ ਕੋਠੇ ਤੇ ਸਾਡੇ, ਤੇ ਆ ਬੱਚੇ ਮੇਰੇ ਨਿੱਕੇ ਨਿੱਕੇ ਘਰ ਵਾਲਾ ਇਸ ਤਰ੍ਹਾਂ ਨਸ਼ਾ ਪੱਤਾ ਕਰਦਾ ਤੇ ਮੈਂ ਘਰਾਂ ਦੇ ਕੰਮ ਕਰਕੇ ਟਾਈਮ ਪਾਸ ਕਰਨ ਦੀ ਹਾਂ। ਛੱਪੜ ਦੇ ਵਿੱਚ ਇਹ ਘਰ ਹੈ, ਛੱਪੜ ਦੇ ਵਿੱਚ ਰਹਿਣ ਦੇ ਲਈ ਇਹ ਪਰਿਵਾਰ ਮਜਬੂਰ ਹੈ, ਤਿੰਨ ਬੱਚੇ ਇਸ ਭੈਣ ਦੇ, ਲੋਕਾਂ ਦੇ ਘਰਾਂ ਦਾ ਕੰਮ ਕਰਕੇ ਇਹ ਛੋਟੇ ਛੋਟੇ ਬੱਚਿਆਂ ਨੂੰ ਭੈਣ ਸਕੂਲ ਵੀ ਭੇਜਦੇ ਹੋ, ਫਿਰ ਸਕੂਲ ਦਾ ਕਿਸ ਤਰ੍ਹਾਂ ਇਹਨਾਂ ਦਾ ਚੱਲਦਾ ਜੀ? ਇਸ ਤਰ੍ਹਾਂ ਹੀ ਸਰ ਜੀ, ਬਸ ਮਾੜਾ ਮੋਟਾ ਚੱਲੀ ਜਾਂਦਾ, ਕਦੀ ਚੱਲ ਜਾਂਦੇ ਕਦੀ ਨਹੀਂ, ਜਦੋਂ ਕਾਪੀ ਪੈਨਸਲ ਤੇ ਹੁੰਦੇ ਆ ਇਸ ਤਰ੍ਹਾਂ ਨਹੀਂ ਵੀ ਜਾਂਦੇ ਕਦੀ। ਜੀ ਜੀ, ਕਿੰਨੇ ਘਰਾਂ ਦਾ ਕੰਮ ਕਰਦੇ ਹੋ ਤੁਸੀਂ? ਹਾਂਜੀ, ਤਿੰਨਾਂ ਘਰਾਂ ਦਾ ਕੰਮ ਕਰਦੀ ਹਾਂ ਮੈਂ, ਸਵੇਰੋਂ ਜਾਂਦੀ ਹਾਂ ਸ਼ਾਮਾਂ ਤੇ ਘਰ ਆ ਜਾਈਦਾ, ਫਿਰ ਸਾਡੇ ਘਰ ਦਾ ਟਾਈਮ ਪਾਸ ਪੂਰਾ ਹੁੰਦਾ ਵਾ। ਕਿੰਨੇ ਕੁ ਪੈਸੇ ਮਿਲ ਜਾਂਦੇ ਨੇ ਜੀ ਕੰਮ ਕਰਨ ਤੇ ਘਰਾਂ ਦਾ? ਇਸ ਤਰ੍ਹਾਂ ਹੀ 3,000-3,500 ਰੁਪਇਆ ਮਿਲ ਜਾਂਦਾ ਜੀ। ਤੇ ਇੰਨੇ ਦੇ ਵਿੱਚ ਤਿੰਨ ਬੱਚੇ ਵੀ ਨੇ, ਤੁਸੀਂ ਵੀ ਉਹ, ਘਰ ਦਾ ਗੁਜ਼ਾਰਾ ਹੋ ਜਾਂਦਾ ਜੀ ਇੰਨੇ ਵਿੱਚ? ਇਸ ਤਰ੍ਹਾਂ ਹੀ ਸਰ ਜੀ, ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੁੰਦਾ ਵਾ ਜੀ। ਅੱਛਾ ਜੀ, ਤੇ ਛੱਪੜ ਦੇ ਪਾਣੀ ਤੋਂ ਕਿੰਨਾ ਕੁ ਤੁਹਾਨੂੰ ਹੈਗਾ ਨੁਕਸਾਨ ਜੀ? ਬਹੁਤ ਜ਼ਿਆਦਾ ਵਾ ਸਰ ਜੀ, ਨਾ ਤਾਂ ਦੂਸਰਾ ਨਹੀਂ, ਇਸ ਤਰ੍ਹਾਂ ਕੰਧਾਂ ਹੀ ਬਣਾਉਂਦੇ ਹਾਂ, ਡਿੱਗ ਜਾਂਦੀਆਂ ਵਾ ਪਾਣੀ ਜਦੋਂ ਵੀ ਆਉਂਦਾ ਵਾ ਜੀ। ਹਾਂਜੀ, ਅਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਜਦੋਂ ਮੀਂਹ ਪੈਂਦਾ, ਕੋਠੇ ਵੀ ਸਾਡੇ ਡਿੱਗਣ ਵਾਲੇ ਆ, ਬਹੁਤ ਜ਼ਿਆਦਾ ਪਾਣੀ ਨਾਲ ਭਰ ਜਾਂਦੇ ਕਮਰੇ ਸਾਡੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਪੰਜਾਬ ਅਬ ਤੱਕ ਨਿਊਜ਼ ਵੇਖ ਰਹੇ ਹੋ ਅਤੇ ਇਸ ਵੇਲੇ ਮੈਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪਲਾਸੌਰ ਦੇ ਵਿੱਚ ਖੜ੍ਹਾ ਹੈ। ਦੋਸਤੋ, ਤਸਵੀਰਾਂ 'ਚ ਵੇਖ ਰਹੇ ਹੋਗੇ ਕਿ ਕਿਵੇਂ ਛੱਪੜ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੈ ਪਰਿਵਾਰ, ਜਿਹੜਾ ਹੈ ਗਰੀਬ ਪਰਿਵਾਰ ਛੱਪੜ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੈ। ਚਾਰੇ ਪਾਸਿਆਂ ਤੋਂ ਛੱਪੜ ਦੇ ਪਾਣੀ ਨੇ ਜਿਹੜੇ ਆ ਉਹ, ਇਹਨਾਂ ਦੀਆਂ ਜੇਕਰ ਗੱਲ ਕੀਤੀ ਜਾਵੇ ਘਰ ਦੀਆਂ ਕੰਧਾਂ ਜਿਹੜੀਆਂ ਸਾਈਡ ਵਾਲੀਆਂ ਨਾ, ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਪਾਣੀ ਦੇ ਵਿੱਚ ਕਹਿ ਸਕਦੇ ਹਾਂ ਕਿ ਨੀਹਾਂ, ਕਿਸੇ ਵੇਲੇ ਵੀ ਉਹ ਡਿੱਗ ਸਕਦੇ, ਇਹ ਜਿਹੜਾ ਮਕਾਨ ਤੁਸੀਂ ਦੇਖ ਰਹੇ ਕਿਸੇ ਵੇਲੇ ਵੀ ਛੱਪੜ 'ਚ ਡਿੱਗ ਸਕਦਾ। ਆਹ ਹਾਲਾਤ ਆ, ਤਿੰਨ ਬੱਚੇ ਨੇ ਅਤੇ ਪਰਿਵਾਰ ਦੀ ਹਾਲਾਤ ਇਸ ਕਦਰ ਮਾੜੀ ਹੈ ਕਿ ਘਰ ਵਾਲਾ ਇਸ ਭੈਣ ਦਾ ਜਿਹੜਾ ਨਸ਼ੇੜੀ ਹੈ ਉਹ ਤਾਂ ਘਰ ਨਹੀਂ ਆਉਂਦਾ ਕਈ ਕਈ ਦਿਨ, ਇਹ ਵੀ ਇਹਨਾਂ ਵੱਲੋਂ ਦੱਸਿਆ ਜਾਂਦਾ। ਅਮਲੀ ਹੈ ਅਤੇ ਤਿੰਨ ਬੱਚੇ ਹਨ ਅਤੇ ਘਰ ਦਾ ਗੁਜ਼ਾਰਾ ਕਰ ਜਿਹੜਾ ਹੈ ਉਹ ਕਿਸ ਤਰ੍ਹਾਂ ਚੱਲਦਾ ਉਹ ਗੱਲਬਾਤ ਕਰਕੇ ਜਾਂਦੇ। ਫਿਲਹਾਲ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਕੋਠਿਆਂ ਦੇ ਹਾਲਾਤ, ਤਸਵੀਰਾਂ 'ਚ ਵੇਖ ਸਕਦੇ ਜੇ ਤੁਸੀਂ ਇਹਨਾਂ ਦੇ ਹਾਲਾਤ ਇਹ ਨੇ, ਅਤੇ ਕਿਸੇ ਦਾਨੀ ਵੀਰ ਨੂੰ ਇਹਨਾਂ ਦੀਆਂ ਅੱਖੀਆਂ ਉਡੀਕ ਰਹੀਆਂ ਨੇ ਕਿ ਕਿਸ ਵੇਲੇ ਕੋਈ ਦਾਨੀ ਸੱਜਣ ਸਾਡੀ ਬਾਂਹ ਆ ਕੇ ਫੜੇ ਕਿ ਜਿਸ ਦੇ ਨਾਲ ਸਾਡੀ ਕੋਈ ਮਦਦ ਹੋ ਜਾਵੇ। ਭੈਣ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ। ਭੈਣੇ, ਨਾਮ ਕੀ ਹੈ ਤੁਹਾਡਾ? ਮਨਦੀਪ ਕੌਰ ਸਰ ਜੀ। ਕਿਹੜਾ ਪਿੰਡ ਹੈ ਜੀ ਇਹ? ਪਲਾਸੌਰ ਸਰ ਜੀ। ਕੀ ਹਾਲਾਤ ਨੇ ਘਰ ਦੇ? ਸਰ ਜੀ, ਸਾਡੇ ਘਰ ਦੇ ਹਾਲਾਤ ਵੀ ਛੱਪੜ ਦੇ ਵਿੱਚ ਵਾ ਸਾਡਾ ਮਕਾਨ ਜੀ, ਤੇ ਵੀ ਬਹੁਤ ਘਰ ਦੇ ਪਾਣੀ ਦਾ ਬਹੁਤ ਜ਼ਿਆਦਾ ਹੁੰਦਾ ਵਿਕਾਸ, ਜਦੋਂ ਵੀ ਮੀਂਹ ਪੈਂਦੇ ਡਿੱਗਣ ਵਾਲੇ ਆ ਕੋਠੇ ਤੇ ਸਾਡੇ, ਤੇ ਆ ਬੱਚੇ ਮੇਰੇ ਨਿੱਕੇ ਨਿੱਕੇ ਘਰ ਵਾਲਾ ਇਸ ਤਰ੍ਹਾਂ ਨਸ਼ਾ ਪੱਤਾ ਕਰਦਾ ਤੇ ਮੈਂ ਘਰਾਂ ਦੇ ਕੰਮ ਕਰਕੇ ਟਾਈਮ ਪਾਸ ਕਰਨ ਦੀ ਹਾਂ। ਕਿੰਨੇ ਘਰਾਂ ਦਾ ਕੰਮ ਕਰਦੇ ਹੋ ਤੁਸੀਂ? ਹਾਂਜੀ, ਤਿੰਨਾਂ ਘਰਾਂ ਦਾ ਕੰਮ ਕਰਦੀ ਹਾਂ ਮੈਂ, ਸਵੇਰੋਂ ਜਾਂਦੀ ਹਾਂ ਸ਼ਾਮਾਂ ਤੇ ਘਰ ਆ ਜਾਈਦਾ, ਫਿਰ ਸਾਡੇ ਘਰ ਦਾ ਟਾਈਮ ਪਾਸ ਪੂਰਾ ਹੁੰਦਾ ਵਾ। ਕਿੰਨੇ ਕੁ ਪੈਸੇ ਮਿਲ ਜਾਂਦੇ ਨੇ ਜੀ ਕੰਮ ਕਰਨ ਤੇ ਘਰਾਂ ਦਾ? ਇਸ ਤਰ੍ਹਾਂ ਹੀ 3,000-3,500 ਰੁਪਇਆ ਮਿਲ ਜਾਂਦਾ ਜੀ। ਤੇ ਇੰਨੇ ਦੇ ਵਿੱਚ ਤਿੰਨ ਬੱਚੇ ਵੀ ਨੇ, ਤੁਸੀਂ ਵੀ ਉਹ, ਘਰ ਦਾ ਗੁਜ਼ਾਰਾ ਹੋ ਜਾਂਦਾ ਜੀ ਇੰਨੇ ਵਿੱਚ? ਇਸ ਤਰ੍ਹਾਂ ਹੀ ਸਰ ਜੀ, ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੁੰਦਾ ਵਾ ਜੀ। ਅੱਛਾ ਜੀ, ਹਾਂਜੀ। ਕਿੰਨਾ ਸਮਾਂ ਹੋ ਗਿਆ ਲਗਭਗ ਤੁਹਾਨੂੰ ਇੱਥੇ ਰਹਿੰਦਿਆਂ ਨੂੰ? ਇੱਥੇ ਹੋ ਗਿਆ ਸਾਨੂੰ 20 ਸਾਲ ਤਾਂ ਹੋ ਹੀ ਗਏ ਆ ਜੀ ਰਹਿੰਦਿਆਂ ਨੂੰ।
ਤੇ ਛੱਪੜ ਦੇ ਪਾਣੀ ਤੋਂ ਕਿੰਨਾ ਕੁ ਤੁਹਾਨੂੰ ਹੈਗਾ ਨੁਕਸਾਨ ਜੀ? ਬਹੁਤ ਜ਼ਿਆਦਾ ਵਾ ਸਰ ਜੀ, ਨਾ ਤਾਂ ਦੂਸਰਾ ਨਹੀਂ, ਇਸ ਤਰ੍ਹਾਂ ਕੰਧਾਂ ਹੀ ਬਣਾਉਂਦੇ ਹਾਂ, ਡਿੱਗ ਜਾਂਦੀਆਂ ਵਾ ਪਾਣੀ ਜਦੋਂ ਵੀ ਆਉਂਦਾ ਵਾ ਜੀ। ਹਾਂਜੀ, ਅਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਜਦੋਂ ਮੀਂਹ ਪੈਂਦਾ, ਕੋਠੇ ਵੀ ਸਾਡੇ ਡਿੱਗਣ ਵਾਲੇ ਆ, ਬਹੁਤ ਜ਼ਿਆਦਾ ਪਾਣੀ ਨਾਲ ਭਰ ਜਾਂਦੇ ਕਮਰੇ ਸਾਡੇ। ਅਜਿਹੇ ਹਾਲਾਤਾਂ ਦੇ ਵਿੱਚ ਭੈਣੇ ਕੋਈ ਰਿਸ਼ਤੇਦਾਰ ਬੋੜਿਆ ਤੁਹਾਡਾ ਕਿ ਨਹੀਂ ਬੋੜਿਆ? ਨਹੀਂ ਸਰ ਜੀ, ਕੋਈ ਨਹੀਂ ਸਾਡੀ ਬਾਂਹ ਫੜਦਾ। ਹਾਂਜੀ ਹਾਂਜੀ, ਨਾ ਕੋਈ ਮੈਂਬਰ ਸਰਪੰਚ, ਨਾ ਕੋਈ, ਨਾ ਸਾਡੇ ਘਰ 'ਚ ਫਲੱਸ਼ ਬਾਥਰੂਮ ਕੁਛ ਨਹੀਂ ਆ ਜੀ। ਹਾਂਜੀ ਸਰ ਜੀ, ਸਾਨੂੰ ਮਦਦ ਵਾਸਤੇ ਇਸ ਤਰ੍ਹਾਂ ਕਿਹਾ ਵਾ ਵੀ ਸਾਡੀ ਗਰੀਬ ਕੋਈ ਮਦਦ ਗਰੀਬਾਂ ਦੀ ਕਰ ਸਕੇ ਕੋਈ। ਹਾਂਜੀ, ਇਸ ਤਰ੍ਹਾਂ ਮੇਰੇ ਘਰ ਵਾਲਾ ਕਦੀ ਆਉਂਦਾ, ਘਰੇ ਨਸ਼ਾ ਪੱਤਾ ਕਰਦਾ ਵਾ ਸਰ ਜੀ। ਤਾਂ ਇਹ ਵੀ ਜ਼ਰੂਰ ਦੱਸਣਾ ਚਾਹਾਂਗਾ ਦੋਸਤੋ ਕਿ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਸੀ, ਛੇਵਾਂ ਦਰਿਆ ਨਸ਼ੇ ਦਾ, ਅਤੇ ਆਹ ਹਾਲਾਤ ਹੈ ਕੀਤੇ ਹੋਏ ਨੇ ਘਰਾਂ ਦੇ ਇਹਨਾਂ ਨਸ਼ਿਆਂ ਨੇ ਜਿਹੜੇ ਤੁਸੀਂ ਗਰਾਊਂਡ ਜ਼ੀਰੋ 'ਤੇ ਵੇਖ ਰਹੇ ਹੋ, ਆਹ ਹਾਲਾਤ ਨੇ। ਮੈਂ ਇਸ ਵੇਲੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਲਾਸੌਰ ਦੇ ਵਿੱਚ ਖੜ੍ਹਾ, ਛੱਪੜ ਦੇ ਵਿੱਚ ਇਹ ਘਰ ਹੈ, ਛੱਪੜ ਦੇ ਵਿੱਚ ਰਹਿਣ ਦੇ ਲਈ ਇਹ ਪਰਿਵਾਰ ਮਜਬੂਰ ਹੈ, ਤਿੰਨ ਬੱਚੇ ਇਸ ਭੈਣ ਦੇ, ਲੋਕਾਂ ਦੇ ਘਰਾਂ ਦਾ ਕੰਮ ਕਰਕੇ ਇਹ ਛੋਟੇ ਛੋਟੇ ਬੱਚਿਆਂ ਨੂੰ ਭੈਣੇ ਸਕੂਲ ਵੀ ਭੇਜਦੇ ਹੋ, ਫਿਰ ਸਕੂਲ ਦਾ ਕਿਸ ਤਰ੍ਹਾਂ ਇਹਨਾਂ ਦਾ ਚੱਲਦਾ ਜੀ? ਇਸ ਤਰ੍ਹਾਂ ਹੀ ਸਰ ਜੀ, ਬਸ ਮਾੜਾ ਮੋਟਾ ਚੱਲੀ ਜਾਂਦਾ, ਕਦੀ ਚੱਲ ਜਾਂਦੇ ਕਦੀ ਨਹੀਂ, ਜਦੋਂ ਕਾਪੀ ਪੈਨਸਲ ਤੋਂ ਹੁੰਦੇ ਆ, ਇਸ ਤਰ੍ਹਾਂ ਨਹੀਂ ਵੀ ਜਾਂਦੇ ਕਦੀ ਜੀ ਜੀ। ਹਾਂਜੀ, ਬਸ ਇਸ ਤਰ੍ਹਾਂ ਹੀ ਟਾਈਮ ਪਾਸ ਹੀ ਆ ਸਰ ਜੀ। ਕਿਸ ਤਰੀਕੇ ਦੀ ਮਦਦ ਜਿਹੜੀ ਆ ਤੁਹਾਡੇ ਪਰਿਵਾਰ ਦੀ ਹੋਣੀ ਚਾਹੀਦੀ ਹੈ? ਹਾਂਜੀ ਸਰ ਜੀ, ਸਾਡੇ ਪਰਿਵਾਰ ਦੀ ਹੋਣੀ ਚਾਹੀਦੀ ਵੀ ਸਾਨੂੰ ਫਲੱਸ਼ ਬਾਥਰੂਮ ਕਮਰੇ ਪਾ ਕੇ ਦਿੱਤੇ ਜਾਣ ਸਰ ਜੀ। ਜਿੰਨੇ ਵੀ ਦਾਨੀ ਸੱਜਣ ਨੇ ਜਿਹੜੇ ਸਮੇਂ-ਸਮੇਂ ਤੇ ਲੋਕਾਂ ਦੀ ਬਾਂਹ ਫੜਦੇ ਨੇ, ਉਹਨਾਂ ਨੂੰ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਕੀ ਚਾਹੋਗੇ? ਅਸੀਂ ਕਹਿਣਾ ਚਾਹਾਂਗੇ ਕਿ ਸਾਡੀ ਮਦਦ ਕਰੋ, ਜਿੱਥੋਂ ਤੀਕਰ ਵੀ ਹੋ ਸਕਦਾ ਸਾਨੂੰ ਇਸ ਤਰ੍ਹਾਂ ਕਮਰਿਆਂ ਦੀ ਪਾਉਣ ਦੇ ਵਿੱਚ ਸਾਡੀ ਮਦਦ ਕਰੋ ਸਰ ਜੀ। ਠੀਕ ਹੈ ਜੀ, ਤਾਂ ਪਿੰਡ ਦੇ ਵਸਨੀਕ ਵੀ ਕੁਝ ਸਾਡੇ ਨਾਲ ਮੌਜੂਦ ਨੇ ਜਿਹੜੇ ਉਹਨਾਂ ਦੇ ਗੁਆਂਢ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ, ਕਿਉਂਕਿ ਪਰਿਵਾਰ ਨੇ ਦੱਸਿਆ ਕਿ ਕੋਈ ਪੰਚ ਸਰਪੰਚ ਕੋਈ ਮੈਂਬਰ ਪੰਚਾਇਤ ਵੱਲੋਂ ਵੀ ਇਸ ਘਰ ਦੇ ਵਿੱਚ ਨਹੀਂ ਪਹੁੰਚਿਆ ਕਿ ਜਿਹੜੀ ਇਸ ਪਰਿਵਾਰ ਦੀ ਮਦਦ ਹੋ ਸਕੇ। ਹਾਂਜੀ ਭਾਈ ਜੀ, ਕੀ ਨਾਮ ਹੈ ਤੁਹਾਡਾ ਭਾਈ ਜੀ? ਮੇਰਾ ਨਾਮ ਜੀ ਸੁਬੇਦਾ ਪ੍ਰੀਤਮ ਸਿੰਘ ਹੈ ਜੀ, ਅਤੇ ਇਹ ਕੁੜੀ ਮਨਦੀਪ ਕੌਰ ਅਤੇ ਇਹਦਾ ਹਸਬੈਂਡ ਆ ਬੱਗਾ ਸਿੰਘ ਜੀ। ਹਾਂਜੀ, ਇਹ ਮੇਰੇ ਗੁਆਂਢ 'ਚ ਰਹਿੰਦੇ ਨੇ, ਮਤਲਬ ਕਿ ਜਦੋਂ ਬਾਰਿਸ਼ਾਂ ਆਉਂਦੀਆਂ ਨੇ ਨਾ, ਹਾਂਜੀ, ਇਹਦੇ ਵਿਚਾਰੇ ਘਰ ਛੱਡ ਕੇ ਵੀ ਇਹਨਾਂ ਨੂੰ ਕੱਢ ਕੇ ਲੈ ਕੇ ਜਾਂਦੇ ਲੋਕ। ਅੱਛਾ ਜੀ, ਐਸਾ ਜੋ ਹੁਣ ਬਾਰਿਸ਼ ਆਈਆਂ ਸੀ, ਇਹਦੇ ਵਿੱਚ ਵੀ ਸਾਰੇ ਪਰਿਵਾਰ ਨੂੰ ਮੀਂਹ ਦੇ ਵਿੱਚੋਂ ਚੁੱਕ ਕੇ ਖੜਿਆ, ਉਧਰ ਇੱਕ ਮਕਾਨ ਸੀਗਾ ਉਹਦੇ ਵਿੱਚ ਰਹੇ ਮਹੀਨਾ ਖੰਡ ਨੇ। ਅੱਛਾ ਜੀ, ਛੱਡ ਗਏ ਸਾਰਾ ਕੁਛ, ਡਿੱਗ ਪਏ ਆ, ਬਹਿ ਗਏ ਮਕਾਨ ਸਾਰੇ। ਅੱਛਾ ਜੀ, ਤੋਂ ਮਤਲਬ ਬਹੁਤ ਜ਼ਿਆਦਾ ਗਰੀਬ ਪਰਿਵਾਰ ਇਹਨਾਂ ਦੇ ਵਿਚਾਰੇ ਦਾ, ਕੁਛ ਵੀ ਮਤਲਬ ਕਿ ਰੋਟੀ ਪਾਣੀ ਦਾ ਵੀ ਨਹੀਂ, ਬੜਾ ਮੁਸ਼ਕਿਲ ਪੂਰਾ ਹੋਣ ਡਿਆ। ਅੱਛਾ ਜੀ, ਤੰਗ ਨੇ ਵਿਚਾਰੇ, ਪਰੇਸ਼ਾਨ ਬਹੁਤ ਜ਼ਿਆਦਾ। ਕਿਸ ਤਰੀਕੇ ਦੀ ਮਦਦ ਇਹਨਾਂ ਦੀ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਵੇਖਦੇ ਹੋ ਸੋਸ਼ਲ ਮੀਡੀਆ 'ਤੇ ਸਾਡੇ ਦਾਨੀ ਸੱਜਣ ਵੀਰ ਨੇ ਜਿਹੜੇ ਉਹ ਮਦਦ ਕਰਦੇ ਨੇ, ਕਿਸ ਤਰੀਕੇ ਦੀ ਇਸ ਪਰਿਵਾਰ ਦੀ ਸਹਾਇਤਾ ਹੋਣੀ ਚਾਹੀਦੀ ਹੈ? ਪਿੰਡ ਵੱਲੋਂ ਬੋਲਦੇ ਹੋਏ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਜੋ ਦਾਨੀ ਸੱਜਣ ਨੇ ਕਿ ਵੀ ਇਹਨਾਂ ਦੇ ਕਿਤੇ ਮਕਾਨ ਬਣ ਜਾਣ, ਅਤੇ ਇਹਨਾਂ ਦੇ ਫਲੱਸ਼ ਬਾਥਰੂਮ ਬਣ ਜਾਣ, ਅਤੇ ਆਪਣੀ ਜਿਹੜੀ ਆਰਾਮ ਦੀ ਜ਼ਿੰਦਗੀ ਜੀ ਸਕਣੇ। ਜਿਹੜੇ ਹਰ ਸਾਲ ਹੀ ਮੀਂਹਾਂ ਦੇ ਵਿੱਚ ਵਿਚਾਰੇ ਚੁੱਕ ਕੇ ਡੰਡਾ ਡੇਰਾ ਆਪਣਾ ਭੱਜ ਜਾਂਦੇ, ਇੱਥੋਂ ਫਿਰ ਆ ਜਾਂਦੇ, ਅਤੇ ਉਹ ਇਹਨਾਂ ਦੀ ਦਿੱਕਤ ਜਿਹੜੀ ਦੂਰ ਹੋ ਜਾਵੇ। ਅਤੇ ਮੇਰੀ ਤਾਂ ਇਹੀ ਰਿਕੁਐਸਟ ਹੈ ਕਿ ਜੇ ਕੋਈ ਸਾਡਾ ਨਹੀਂ ਸੱਜਣ ਕੋਈ ਮਦਦ ਕਰਨੀ ਚਾਹੁੰਦਾ ਤਾਂ ਇਹਨਾਂ ਦੇ ਘਰ ਦੀ ਹਾਲਤ ਸੁਧਾਰ ਦੇਣ। ਠੀਕ ਹੈ, ਇਹ ਬੇਨਤੀ ਹੈ। ਤਾਂ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ, ਮੈਂ ਇਸੀ ਇਹੀ ਬੇਨਤੀ ਵਾਰ ਵਾਰ ਕਰਨੀ ਚਾਹਾਂਗਾ ਹੱਥ ਬੰਨ ਕੇ ਕਿ ਜੇਕਰ ਇਸ ਪਰਿਵਾਰ ਦੀ ਕੋਈ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ, ਅੰਗੂਠੇ ਨਾਲ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹਨਾਂ ਦੀ ਵੀਡੀਓ ਪਹੁੰਚ ਜਾਵੇ, ਤਾਂ ਇਹਨਾਂ ਦੀ ਸਹਾਇਤਾ ਹੋ ਸਕੇ, ਕੋਈ ਪੱਕਾ ਮਕਾਨ ਬਣ ਸਕੇ। ਨਾ ਤਾਂ ਪਾਣੀ ਦਾ ਪ੍ਰਬੰਧ ਹੈ ਘਰ ਦੇ ਵਿੱਚ, ਅਤੇ ਨਾ ਹੀ ਕੋਈ ਬਾਥਰੂਮ ਦਾ ਪ੍ਰਬੰਧ ਹੈ, ਕਿ ਇਹ ਪਰਿਵਾਰ ਦੇ ਆਹ ਹਾਲਾਤ ਨੇ ਜੋ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਰਹੇ ਹੋਗੇ। ਸਾਡੇ ਨਾਲ ਬਣੇ ਰਹੋ, ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ।
ਕੈਮਰਾ ਪਰਸਨ ਸੁੱਖ ਦੇ ਨਾਲ ਮੈਂ ਦਲਜੀਤ ਸਿੰਘ, ਪੰਜਾਬ ਅਬ ਤੱਕ, ਤਰਨ ਤਾਰਨ।